ਆਖਿਰਕਾਰ ਕਈ ਘੰਟਿਆਂ ਦੇ ਬਾਅਦ ਟਾਈਗਰ ਨੂੰ ਰੈਸਕਿਊ ਕਰ ਲਿਆ ਗਿਆ ਹੈ। ਜੀ ਹਾਂ, ਇਹ ਪੂਰੀ ਰਾਤ ਟਾਈਗਰ ਇੱਕ ਘਰ ਦੀ ਦੀਵਾਰ ਤੇ ਬੈਠਿਆ ਰਿਹਾ। ਰਾਤ ਕਰੀਬਨ 3 ਵਜੇ ਇਸ ਦੀ ਵੀਡੀਓ ਬਣਾਈ ਗਈ ਤੇ ਉਸ ਨੂੰ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਕਾਫੀ ਤੇਜ਼ੀ ਦੇ ਨਾਲ ਇਹ ਤਸਵੀਰਾਂ ਵਾਇਰਲ ਹੋ ਰਹੀਆਂ ਸੀ, ਜਿਸ ਦੇ ਵਿੱਚ ਇੱਕ ਘਰ ਦੀ ਕੰਧ ਉੱਤੇ ਬੈਠਾ ਹੋਇਆ ਟਾਈਗਰ ਦੇਖਿਆ ਜਾ ਸਕਦਾ ਹੈ। ਤਾਂ ਦੱਸਦੀ ਹੈ ਕਿ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ, ਪਰ ਹੁਣ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਜੰਗਲਾਤ ਵਿਭਾਗ ਨੇ ਇਸ ਨੂੰ ਟ੍ਰੈਕੁਲਾਈਜ਼ਰ ਦੇ ਕੇ, ਯਾਨੀ ਕਿ ਬੇਹੋਸ਼ੀ ਦੀ ਦਵਾ ਦੇ ਕੇ ਰੈਸਕਿਊ ਕਰ ਲਿਆ ਹੈ। ਇੱਕ ਤਸਵੀਰ ਤੁਸੀਂ ਇਸ ਦੀ ਦੀਵਾਰ 'ਤੇ ਬੈਠੇ ਦੀ ਦੇਖ ਸਕਦੇ ਹੋ ਅਤੇ ਇੱਕ ਤਸਵੀਰ ਜੰਗਲੇ ਦੇ ਅੰਦਰ। ਜੀ ਹਾਂ, ਇਸ ਨੂੰ ਫੜ ਲਿਆ ਗਿਆ ਹੈ। ਦਰਅਸਲ ਯੂਪੀ ਦੇ ਪੀਲੀਭੀਤ ਦੇ ਵਿੱਚ ਕਾਲੀ ਨਗਰ ਤਹਿਸੀਲ ਦੇ ਅੰਦਰ ਇੱਕ ਪਿੰਡ ਦੇ ਅੰਦਰ ਇਹ ਟਾਈਗਰ ਵੜ ਗਿਆ ਸੀ। ਸਿੰਧੂ ਸਿੰਘ, ਜਿਸ ਦਾ ਘਰ ਤਸਵੀਰਾਂ ਦੇ ਵਿੱਚ ਦੇਖ ਰਿਹਾ ਹੈ, ਇਹ ਉਸੇ ਦੇ ਘਰ ਦੀ ਕੰਧ ਹੈ ਜਿੱਥੇ ਰਾਤ ਤਕਰੀਬਨ 3 ਵਜੇ ਇਹ ਟਾਈਗਰ ਵੇਖਿਆ ਗਿਆ, ਜਿਸ ਤੋਂ ਬਾਅਦ ਜੰਗਲਾਤ ਵਿਭਾਗ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੂਰੀ ਰਾਤ ਲੋਕਾਂ ਦੀ ਕਾਲੀ ਹੋ ਗਈ, ਕਿਉਂਕਿ ਲੋਕ ਇਸ ਟੈਨਸ਼ਨ ਦੇ ਵਿੱਚ ਸੋ ਨਹੀਂ ਪਾਏ ਕਿ ਉਹਨਾਂ ਦੇ ਪਿੰਡ ਦੇ ਵਿੱਚ ਟਾਈਗਰ ਘੁੰਮ ਗਿਆ ਹੈ। ਅਤੇ ਆਦਮਖੋਰ ਇਹ ਟਾਈਗਰ ਪੂਰੇ ਪਿੰਡ ਦੇ ਵਿੱਚ ਘੁੰਮਦਾ ਰਿਹਾ। ਇਸ ਨੂੰ ਬਾਅਦ ਦੇ ਵਿੱਚ ਜਾਲ ਵਿਛਾ ਕੇ, ਜਿਹੜੀ ਕੰਧ ਹੈ ਉਸਦੀ ਬਾਉਂਡਰੀ 'ਤੇ ਜਾਲ ਵਿਛਾਇਆ ਗਿਆ, ਫਿਰ ਇਸ ਨੂੰ ਟ੍ਰੈਕੁਲਾਈਜ਼ਰ ਯਾਨੀ ਕਿ ਬੇਹੋਸ਼ੀ ਦੀ ਦਵਾ ਦਿੱਤੀ ਗਈ ਅਤੇ ਫਿਰ ਇਸ ਨੂੰ ਕਾਬੂ ਕਰ ਲਿਆ ਗਿਆ, ਜਿਸ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ, ਕਿਉਂਕਿ ਆਲੇ ਦੁਆਲੇ ਦੇ ਲੋਕਾਂ ਦੇ ਵਿੱਚ ਬਜ਼ੁਰਗ, ਬੱਚੇ ਅਤੇ ਮਰਦ ਸਾਰਿਆਂ ਦੇ ਵਿੱਚ ਇੱਕ ਟੈਨਸ਼ਨ ਪੈਦਾ ਹੋ ਗਈ ਸੀ ਕਿ ਜੇਕਰ ਇਹ ਟਾਈਗਰ ਕਿਸੇ 'ਤੇ ਅਟੈਕ ਕਰ ਦੇਵੇ ਤਾਂ ਉਸਦਾ ਕੀ ਬਣੇਗਾ। ਜਿਸ ਕਰਕੇ ਤੁਹਾਨੂੰ ਪਤਾ, ਜੰਗਲੀ ਜੀਵ ਤੋਂ ਸਾਰੇ ਡਰਦੇ ਨੇ, ਤਾਂ ਇਸੇ ਤਰੀਕੇ ਦੇ ਨਾਲ ਇਸ ਪਿੰਡ ਦੇ ਲੋਕਾਂ ਦੇ ਵਿੱਚ ਵੀ ਡਰ ਸੀ, ਜਿਹੜਾ ਕਿ ਹੁਣ ਦੂਰ ਹੋ ਚੁੱਕਿਆ ਹੈ, ਕਿਉਂਕਿ ਜੰਗਲਾਤ ਵਿਭਾਗ ਨੇ ਇਸ ਨੂੰ ਕਾਬੂ ਕਰ ਲਿਆ ਹੈ, ਰੈਸਕਿਊ ਕਰ ਲਿਆ ਇਸ ਟਾਈਗਰ ਦਾ, ਅਤੇ ਹੁਣ ਇਸ ਨੂੰ ਸੁਰੱਖਿਅਤ ਜੰਗਲ ਦੇ ਵਿੱਚ ਛੱਡ ਦਿੱਤਾ ਜਾਵੇਗਾ। ਆਖਿਰਕਾਰ ਕਈ ਘੰਟਿਆਂ ਦੇ ਬਾਅਦ ਟਾਈਗਰ ਨੂੰ ਰੈਸਕਿਊ ਕਰ ਲਿਆ ਗਿਆ ਹੈ। ਜੀ ਹਾਂ, ਇਹ ਪੂਰੀ ਰਾਤ ਟਾਈਗਰ ਇੱਕ ਘਰ ਦੀ ਦੀਵਾਰ 'ਤੇ ਬੈਠਿਆ ਰਿਹਾ। ਰਾਤ ਕਰੀਬਨ 3 ਵਜੇ ਇਸ ਦੀ ਵੀਡੀਓ ਬਣਾਈ ਗਈ ਅਤੇ ਉਸ ਨੂੰ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਕਾਫੀ ਤੇਜ਼ੀ ਦੇ ਨਾਲ ਇਹ ਤਸਵੀਰਾਂ ਵਾਇਰਲ ਹੋ ਰਹੀਆਂ ਸੀ, ਜਿਸ ਦੇ ਵਿੱਚ ਇੱਕ ਘਰ ਦੀ ਕੰਧ ਉੱਤੇ ਬੈਠਾ ਹੋਇਆ ਟਾਈਗਰ ਦੇਖਿਆ ਜਾ ਸਕਦਾ ਹੈ। ਤਾਂ ਦੱਸਦੀ ਹੈ ਕਿ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ, ਪਰ ਹੁਣ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਜੰਗਲਾਤ ਵਿਭਾਗ ਨੇ ਇਸ ਨੂੰ ਟ੍ਰੈਕੁਲਾਈਜ਼ਰ ਦੇ ਕੇ, ਯਾਨੀ ਕਿ ਬੇਹੋਸ਼ੀ ਦੀ ਦਵਾ ਦੇ ਕੇ ਰੈਸਕਿਊ ਕਰ ਲਿਆ ਹੈ। ਇੱਕ ਤਸਵੀਰ ਤੁਸੀਂ ਇਸ ਦੀ ਦੀਵਾਰ 'ਤੇ ਬੈਠੇ ਦੀ ਦੇਖ ਸਕਦੇ ਹੋ ਅਤੇ ਇੱਕ ਤਸਵੀਰ ਜੰਗਲੇ ਦੇ ਅੰਦਰ। ਜੀ ਹਾਂ, ਇਸ ਨੂੰ ਫੜ ਲਿਆ ਗਿਆ ਹੈ। ਦਰਅਸਲ ਯੂਪੀ ਦੇ ਪੀਲੀਭੀਤ ਦੇ ਵਿੱਚ ਕਾਲੀ ਨਗਰ ਤਹਿਸੀਲ ਦੇ ਅੰਦਰ ਇੱਕ ਪਿੰਡ ਦੇ ਅੰਦਰ ਇਹ ਟਾਈਗਰ ਵੜ ਗਿਆ ਸੀ। ਸਿੰਧੂ ਸਿੰਘ, ਜਿਸ ਦਾ ਘਰ ਤਸਵੀਰਾਂ ਦੇ ਵਿੱਚ ਦੇਖ ਰਿਹਾ ਹੈ, ਇਹ ਉਸੇ ਦੇ ਘਰ ਦੀ ਕੰਧ ਹੈ ਜਿੱਥੇ ਰਾਤ ਤਕਰੀਬਨ 3 ਵਜੇ ਇਹ ਟਾਈਗਰ ਵੇਖਿਆ ਗਿਆ, ਜਿਸ ਤੋਂ ਬਾਅਦ ਜੰਗਲਾਤ ਵਿਭਾਗ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੂਰੀ ਰਾਤ ਲੋਕਾਂ ਦੀ ਕਾਲੀ ਹੋ ਗਈ, ਕਿਉਂਕਿ ਲੋਕ ਇਸ ਟੈਨਸ਼ਨ ਦੇ ਵਿੱਚ ਸੋ ਨਹੀਂ ਪਾਏ ਕਿ ਉਹਨਾਂ ਦੇ ਪਿੰਡ ਦੇ ਵਿੱਚ ਟਾਈਗਰ ਘੁੰਮ ਗਿਆ ਹੈ। ਅਤੇ ਆਦਮਖੋਰ ਇਹ ਟਾਈਗਰ ਪੂਰੇ ਪਿੰਡ ਦੇ ਵਿੱਚ ਘੁੰਮਦਾ ਰਿਹਾ। ਇਸ ਨੂੰ ਬਾਅਦ ਦੇ ਵਿੱਚ ਜਾਲ ਵਿਛਾ ਕੇ, ਜਿਹੜੀ ਕੰਧ ਹੈ ਉਸਦੀ ਬਾਉਂਡਰੀ 'ਤੇ ਜਾਲ ਵਿਛਾਇਆ ਗਿਆ, ਫਿਰ ਇਸ ਨੂੰ ਟ੍ਰੈਕੁਲਾਈਜ਼ਰ ਯਾਨੀ ਕਿ ਬੇਹੋਸ਼ੀ ਦੀ ਦਵਾ ਦਿੱਤੀ ਗਈ ਅਤੇ ਫਿਰ ਇਸ ਨੂੰ ਕਾਬੂ ਕਰ ਲਿਆ ਗਿਆ, ਜਿਸ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ, ਕਿਉਂਕਿ ਆਲੇ ਦੁਆਲੇ ਦੇ ਲੋਕਾਂ ਦੇ ਵਿੱਚ ਬਜ਼ੁਰਗ, ਬੱਚੇ ਅਤੇ ਮਰਦ ਸਾਰਿਆਂ ਦੇ ਵਿੱਚ ਇੱਕ ਟੈਨਸ਼ਨ ਪੈਦਾ ਹੋ ਗਈ ਸੀ
ਕਿ ਜੇਕਰ ਇਹ ਟਾਈਗਰ ਕਿਸੇ 'ਤੇ ਅਟੈਕ ਕਰ ਦੇਵੇ ਤਾਂ ਉਸਦਾ ਕੀ ਬਣੇਗਾ। ਜਿਸ ਕਰਕੇ ਤੁਹਾਨੂੰ ਪਤਾ ਜੰਗਲੀ ਜੀਵ ਤੋਂ ਸਾਰੇ ਡਰਦੇ ਨੇ, ਤਾਂ ਇਸੇ ਤਰੀਕੇ ਦੇ ਨਾਲ ਇਸ ਪਿੰਡ ਦੇ ਲੋਕਾਂ ਦੇ ਵਿੱਚ ਵੀ ਡਰ ਸੀ ਜਿਹੜਾ ਕਿ ਹੁਣ ਦੂਰ ਹੋ ਚੁੱਕਿਆ ਹੈ, ਕਿਉਂਕਿ ਜੰਗਲਾਤ ਵਿਭਾਗ ਨੇ ਇਸ ਨੂੰ ਕਾਬੂ ਕਰ ਲਿਆ ਹੈ, ਰੈਸਕਿਊ ਕਰ ਲਿਆ ਇਸ ਟਾਈਗਰ ਦਾ, ਅਤੇ ਹੁਣ ਇਸ ਨੂੰ ਸੁਰੱਖਿਅਤ ਜੰਗਲ ਦੇ ਵਿੱਚ ਛੱਡ ਦਿੱਤਾ ਜਾਵੇਗਾ।